ਹੁਣ ਮੈਂ ਸਿਰਫ 2 ਮਿੰਟ ਵਾਸਤੇ ਬੇਨਤੀ ਕਰੂੰਗਾ ਇੰਦਰਜੀਤ ਜੀ ਸਿਰਫ 2 ਮਿੰਟ ਚ ਆਪਣੀ ਗੱਲ ਰੱਖਣਗੇ ਇੰਦਰਜੀਤ ਜੀ ਇਸ ਤੋਂ ਬਾਅਦ ਡਾਕਟਰ ਹਰਜਿੰਦਰ ਜਖੂ ਜੀ ਆਪਣੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਜੀ ਹਲੋ 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 ਬਹੁਤ ਹੀ ਸੰਘਰਸ਼ਸ਼ੀਲ ਔਰ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਵਾਲੇ ਸਾਡੀ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਔਰ ਸਤਿਗੁਰੂ ਰਵਿਦਾਸ ਧਰਮ ਸਮਾਜ ਰਜਿਸਟਰ ਸਰਤਸ ਪੰਜਾਬ ਦੀ ਟੀਮ ਔਰ ਮੇਰੇ ਨਾਲ ਆਏ ਜਿਨ੍ਹਾਂ ਤੋਂ ਅਸੀਂ ਸਿੱਖਿਆ ਸਾਡੇ ਬਹੁਤ ਹੀ ਸਾਡੇ ਸਤਿਕਾਰਯੋਗ ਸਾਰੇ ਹੀ ਸਾਥੀਆਂ ਨੂੰ ਔਰ ਮੋਹਰੇ ਬੈਠੀ ਸਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਬੜੇ ਲੰਬੇ ਸਮੇਂ ਤੋਂ ਇਸ ਦੇਸ਼ ਦੇ ਅੰਦਰ ਇੱਕ ਫਿਰਕੂ ਵਿਵਸਥਾ ਇੱਕ ਫਿਰਕੂ ਵਿਚਾਰਧਾਰਾ ਕੰਮ ਕਰ ਰਹੀ ਹੈ ਜੋ ਬੜੇ ਇੰਟਰਨਲ ਬੜੇ ਪੌਇਜ਼ਨ ਟਾਈਪ ਤਰੀਕੇ ਦੇ ਨਾਲ ਇਸ ਦੇਸ਼ ਦੇ ਅੰਦਰ ਲੋਕਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਰਹੀ ਹੈ ਮੈਂ ਅੱਜ ਇਸ ਮੰਚ ਤੋਂ ਇਹ ਅਪੀਲ ਕਰਨਾ ਚਾਹੁੰਨਾ ਕਿ ਆਓ ਆਪਾਂ ਰਲ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਜਿੱਥੇ ਉਹਨਾਂ ਦੀ ਇਹਨਾਂ ਦੇ ਜਨਮ ਦਿਨ ਦੇ ਅੰਦਰ ਵਧਾਈਆਂ ਦਈਏ ਔਰ ਨਾਲ ਹੀ ਇਹ ਪ੍ਰਣ ਕਰੀਏ ਇਹ ਨਿਸ਼ਚਾ ਕਰੀਏ ਕਿ ਅੱਜ ਤੋਂ ਅਸੀਂ ਆਰਐਸਐਸ ਦੀਆਂ ਜੋ ਫਲਾਈਆਂ ਚਾਲਾਂ ਹਨ ਉਹਦੇ ਵਿੱਚ ਨਹੀਂ ਆਵਾਂਗੇ ਅਸੀਂ ਆਪਣੇ ਭਾਈਚਾਰੇ ਨੂੰ ਸੰਜੋਠ ਕੇ ਰੱਖਾਂਗੇ ਇੱਕ ਮੁਠੀ ਵਿੱਚ ਬੰਦ ਕਰਕੇ ਰੱਖਾਂਗੇ ਔਰ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਮੈਂ ਪਿਛਲੇ ਦਿਨੀ ਕੁਝ ਬਲਾਰਿਆਂ ਨੂੰ ਸੁਣਦਾ ਰਹਿਣਾ ਇੰਟਰਨੈਟ ਤੇ ਮੈਂ ਇੱਕ ਬਲਾਰੇ ਨੂੰ ਸੁਣਿਆ ਜਿਸ ਦਾ ਭਾਸ਼ਣ 23 ਸਾਲ ਪੁਰਾਣਾ ਸੀ ਉਸ ਭਾਸ਼ਣ ਦੇ ਵਿੱਚ ਉਸ ਬਲਾਰੇ ਦਾ ਮੈਂ ਨਾਮ ਲੈਣਾ ਚਾਹਨਾ ਭਾਈ ਭਰਪੂਰ ਸਿੰਘ ਬਲਵੀਰ ਉਹਨਾਂ ਨੇ ਇੱਕ ਭਾਸ਼ਣ ਦੇ ਵਿੱਚ ਕਿਹਾ ਕਿ ਸਾਨੂੰ ਉਨ੍ਹਾਂ ਦੀ ਹੁਕਮਰਾਨ ਬਣੇ ਰਹਿਣ ਦੀ ਨੀਤੀ ਨੂੰ ਸਮਝਣਾ ਪਵੇਗਾ ਔਰ ਉਨ੍ਹਾਂ ਨੇ ਕਿਹਾ ਕਿ ਅਗਰ ਸੈਂਟਰ ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਨਹੀਂ ਬਣਦੀ ਅਗਰ ਕਾਂਗਰਸ ਦੀ ਨਹੀਂ ਬਣਦੀ ਮੰਨ ਲਓ ਅਗਰ ਗਲਤੀ ਨਾਲ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਵੇ ਤਾਂ ਦੇਖਿਓ ਇਸ ਦੇਸ਼ ਦੇ ਅੰਦਰ ਜੱਗੋ 13ਵੀ ਹੋਵੇਗੀ ਤਾਂ ਅੱਜ ਇਸ ਦੇਸ਼ ਦੇ ਅੰਦਰ ਜੱਗੋ 13ਵੀ ਹੋ ਰਹੀ ਹੈ ਜਦੋਂ ਦਾ ਮੋਦੀ ਪ੍ਰਧਾਨ ਮੰਤਰੀ ਬਣਿਆ ਔਰ ਅਗਰ ਮੋਤੀ ਨੂੰ ਲੱਗਦਾ ਕਿ ਉਹ ਆਪਣੀਆਂ ਕੋਝੀਆਂ ਚਾਲਾਂ ਦੇ ਨਾਲ ਇਸ ਦੇਸ਼ ਦੇ ਅੰਦਰ ਇਸ ਭਾਰਤ ਨੂੰ ਇਸ ਪ੍ਰ부ਧ ਭਾਰਤ ਨੂੰ ਉਹ ਤੋੜ ਦੇਵੇਗਾ ਜਾਂ ਹਿੰਦੂ ਰਾਸ਼ਟਰ ਬਣਾ ਦੇਵੇਗਾ ਤਾਂ ਉਹ ਉਸ ਦਾ ਇੱਕ ਬਹੁਤ ਘਟਿਆ ਘਣਾਉਣਾ ਖਿਆਲ ਹੋਵੇਗਾ ਕਿਉਂਕਿ ਅਸੀਂ ਲੋਕ ਗੁਰੂ ਸਾਹਿਬ ਦੇ ਬੱਚੇ ਆ ਅਸੀਂ ਲੋਕ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਦੇ ਪੈਰੋਕਾਰ ਆ ਅਸੀਂ ਇਸ ਦੇਸ਼ ਨੂੰ ਖਿੰਡਣ ਨਹੀਂ ਦੇਣਾ ਅਸੀਂ ਇਸ ਦੇਸ਼ ਨੂੰ ਵਿਕਣ ਨਹੀਂ ਦੇਣਾ ਅਸੀਂ ਇਸ ਦੇਸ਼ ਨੂੰ ਬਚਾ ਕੇ ਰੱਖਣਾ ਔਰ ਜਲਦੀ ਹੀ ਇਹਨਾਂ ਮੋਦੀ ਦੇਆਂ ਗੁੰਡਿਆਂ ਨੂੰ ਆਪਾਂ ਭਾਜੜਾ ਪਾਵਾਂਗੇ ਔਰ ਅੰਤ ਦੇ ਵਿੱਚ ਮੈਂ ਤੁਹਾਡੇ ਜज्ਬੇ ਨੂੰ ਜਿਹੜਾ ਸਲਾਮ ਕਰਦਾ ਹੋਇਆ ਦੋ ਲਾਈਨਾਂ ਜਿਹੜੀਆਂ ਤੁਹਾਡੇ ਲਈ ਅਰਜ਼ ਕਰ ਰਿਹਾ ਕਿ ਹਨੇਰੀਆਂ ਨੂੰ ਜੇ ਭੁਲੇਖਾ ਹੈ ਹਨੇਰਾ ਪਾਉਣ ਦਾ ਹਨੇਰੀਆਂ ਨੂੰ ਜੇ ਭੁਲੇਖਾ ਹੈ ਹਨੇਰਾ ਪਾਉਣ ਦਾ ਨੇਰੀਆਂ ਨੂੰ ਠੱਲ ਵੀ ਪਾਉਂਦੇ ਰਹੇ ਨੇ ਲੋਕ ਜਿੰਦਗੀ ਦਾ ਜਦ ਕਦੇ અપਮਾਨ ਕੀਤਾ ਹੈ ਕਿਸੇ ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋਕ ਤੋੜ ਕੇ ਮਜਬੂਰੀਆਂ ਦੇ ਜੰਗਲਾਂ ਨੂੰ ਆਤ ਤੋਂ ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਤ ਤੋਂ ਜ਼ੁਲਮ ਦੇ ਗਲ ਸੰਗਲੀ ਪਾਉਂਦੇ ਰਹੇ ਨੇ ਲੋਕ ਪਾਉਂਦੇ ਰਹੇ ਨੇ ਲੋਕ ਜੈ ਭੀਮ ਜੈ ਭਾਰਤ